ਗੁਰੂ ਘਰ ਦੇ ਵਿੱਚ ਚੋਰਾਂ ਦੇ ਵੱਲੋਂ ਸੰਨ ਲਾ ਕੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਤੇ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ। ਤਸਵੀਰਾਂ ਦੇ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਇੱਕ ਚੋਰ ਕਿਸ ਤਰੀਕੇ ਦੇ ਨਾਲ ਗੁਰੂ ਘਰ ਦੇ ਵਿੱਚ ਆਉਂਦਾ ਹੈ ਅਤੇ ਆਉਂਦੇ ਸਾਰ ਹੀ ਉਹ ਗੋਲਕ ਨੂੰ ਚੱਕ ਲੈਂਦਾ ਹੈ। ਹਾਲਾਂਕਿ ਗੋਲਕ ਨੂੰ ਉੱਥੇ ਹੀ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਦੋਂ ਗੋਲਕ ਟੁੱਟ ਜਾਂਦੀ ਹੈ ਤਾਂ ਉਸਦੇ ਵਿੱਚੋਂ ਹਜ਼ਾਰਾਂ ਰੁਪਏ ਦੀ ਨਕਦੀ ਲੈ ਕੇ ਚੋਰ ਮੌਕੇ ਤੋਂ ਫਰਾਰ ਹੋ ਗਿਆ। ਹਾਲਾਂਕਿ ਇਹੀ ਨਹੀਂ, ਚੋਰ ਜਾਂਦੇ ਜਾਂਦੇ ਗੁਰੂ ਘਰ ਦੇ ਵਿੱਚ ਪਏ ਇੱਕ ਸਿਲੰਡਰ ਨੂੰ ਵੀ ਆਪਣੇ ਨਾਲ ਲੈ ਗਿਆ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਕਿ ਚੋਰ ਜੋ ਹੈ ਉਹ ਗੁਰੂ ਘਰ ਦੇ ਪਿਛਲੇ ਪਾਸਿਓਂ ਕੰਧ ਦੇ ਵਿੱਚ ਸੰਨ ਲਾ ਕੇ ਅੰਦਰ ਦਾਖਲ ਹੋਇਆ ਸੀ ਅਤੇ ਗੋਲਕ ਨੂੰ ਤੋੜ ਕੇ ਹਜ਼ਾਰਾਂ ਰੁਪਏ ਦੀ ਨਕਦੀ ਦੇ ਨਾਲ ਨਾਲ ਇੱਕ ਸਿਲੰਡਰ ਨੂੰ ਵੀ ਚੋਰ ਆਪਣੇ ਨਾਲ ਲੈ ਗਿਆ ਤੇ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ। ਫਿਲਹਾਲ ਮੌਕੇ ਦੇ ਉੱਤੇ ਹੁਣ ਪੁਲਿਸ ਪਹੁੰਚੀ ਹੈ, ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਸੀਸੀਟੀਵੀ ਫੁਟੇਜ ਨੂੰ ਵੀ ਖੰਗਾਲਿਆ ਜਾ ਰਿਹਾ ਕਿ ਆਖਰ ਇਹ ਚੋਰ ਹੈ ਕੌਣ। ਨੋਰਮਾ ਰੋਡ ਫਲੋਰ ਗੋਪਾਲ ਕਲੋਨੀ, ਅੱਜ ਸਵੇਰੇ ਜਦੋਂ ਸਾਡੇ ਪਾਠੀ ਸਾਹਿਬਾਨ ਆਏ ਆ, ਉਹਨਾਂ ਨੇ ਦੇਖਿਆ ਕਿ ਪਿੱਛੇ ਬਲੀ ਕੰਧ ਪਾੜ ਕੇ ਤੇ ਇੱਕ ਚੋਰ ਅੰਦਰ ਐਂਟਰ ਹੋਇਆ। ਸੀਸੀਟੀਵੀ ਕੈਮਰੇ ਦੇ ਹਿਸਾਬ ਨਾਲ ਤੇ ਅੰਦਰੋਂ ਸਾਡੀ ਗੋਲਕ ਦੇ ਜੋ ਵੀ ਮਾਇਆ ਸੀ ਉਹ ਲੈ ਕੇ ਗਏ ਆ, ਇੱਕ ਸਿਲੰਡਰ ਲੈ ਕੇ ਗਏ ਆ। ਇਸ ਤੋਂ ਇਲਾਵਾ ਸਾਡੇ ਗੁਟਕਾ ਸਾਹਿਬ ਸੀਗੇ ਉਹ ਖਿਲਾਰ ਕੇ ਗਏ ਆ ਅਤੇ ਮਹਾਰਾਜ ਜੀ ਦੇ ਸਰੂਪ ਸੀਗੇ, ਉਹਨਾਂ ਨੂੰ ਉਹਨਾਂ ਨੇ ਮਤਲਬ ਖਿਲਾਰਿਆ ਹੈਗਾ, ਤੋੜ ਭੰਨ ਕੀਤੀ ਹੈਗੀ ਉਹਨਾਂ ਦੀ। ਬਸ ਇੰਨਾ ਕਿ ਅਜੇ ਤੱਕ ਪ੍ਰਸ਼ਾਸਨ ਨੂੰ ਜਦੋਂ ਫੋਨ ਕੀਤਾ ਪ੍ਰਸ਼ਾਸਨ ਉਸੇ ਵਕਤ 10-15-20 ਮਿੰਟ 'ਚ ਆ ਗਿਆ ਸੀ। ਸੀਸੀਟੀਵੀ ਕੈਮਰਾ ਲੱਗਾ? ਜੀ ਹਾਂ, ਕੈਮਰੇ ਦੇ ਵਿੱਚ ਕੋਈ ਆਇਆ ਬੰਦਾ ਵੀ? ਹਾਂਜੀ, ਇੱਕ ਵਿਅਕਤੀ ਆਇਆ ਜਿਹਦਾ ਮੂੰਹ ਬੰਨਿਆ ਹੋਇਆ ਸੀ। ਅੱਛਾ ਅੱਛਾ, ਕੀ ਨੀਤੀ ਸੀ ਉਹਦਾ ਵੀ? ਉਹਨਾਂ ਦੀ ਨੀਤੀ ਚੋਰੀ ਦੀ ਤਾਂ ਸੀ, ਉਹਦੇ ਨਾਲ ਜਿਹੜਾ ਉਹਨਾਂ ਨੇ ਬੇਅਦਬੀ ਕੀਤੀ ਆ ਉਹ ਬਹੁਤ ਮਾੜਾ ਕੰਮ ਕੀਤਾ। ਗੁਟਕਾ ਸਾਹਿਬ ਖਿਲਾਰੇ ਗਏ? ਹਾਂਜੀ। ਗੁਰੂ ਘਰ ਦੇ ਵਿੱਚ ਚੋਰਾਂ ਦੇ ਵੱਲੋਂ ਸੰਨ ਲਾ ਕੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਤੇ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ। ਤਸਵੀਰਾਂ ਦੇ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਇੱਕ ਚੋਰ ਕਿਸ ਤਰੀਕੇ ਦੇ ਨਾਲ ਗੁਰੂ ਘਰ ਦੇ ਵਿੱਚ ਆਉਂਦਾ ਹੈ ਅਤੇ ਆਉਂਦੇ ਸਾਰ ਹੀ ਉਹ ਗੋਲਕ ਨੂੰ ਚੱਕ ਲੈਂਦਾ ਹੈ। ਹਾਲਾਂਕਿ ਗੋਲਕ ਨੂੰ ਉੱਥੇ ਹੀ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਦੋਂ ਗੋਲਕ ਟੁੱਟ ਜਾਂਦੀ ਹੈ ਤਾਂ ਉਸਦੇ ਵਿੱਚੋਂ ਹਜ਼ਾਰਾਂ ਰੁਪਏ ਦੀ ਨਕਦੀ ਲੈ ਕੇ ਚੋਰ ਮੌਕੇ ਤੋਂ ਫਰਾਰ ਹੋ ਗਿਆ। ਹਾਲਾਂਕਿ ਇਹੀ ਨਹੀਂ, ਚੋਰ ਜਾਂਦੇ ਜਾਂਦੇ ਗੁਰੂ ਘਰ ਦੇ ਵਿੱਚ ਪਏ ਇੱਕ ਸਿਲੰਡਰ ਨੂੰ ਵੀ ਆਪਣੇ ਨਾਲ ਲੈ ਗਿਆ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਕਿ ਚੋਰ ਜੋ ਹੈ ਉਹ ਗੁਰੂ ਘਰ ਦੇ ਪਿਛਲੇ ਪਾਸਿਓਂ ਕੰਧ ਦੇ ਵਿੱਚ ਸੰਨ ਲਾ ਕੇ ਅੰਦਰ ਦਾਖਲ ਹੋਇਆ ਸੀ ਅਤੇ ਗੋਲਕ ਨੂੰ ਤੋੜ ਕੇ ਹਜ਼ਾਰਾਂ ਰੁਪਏ ਦੀ ਨਕਦੀ ਦੇ ਨਾਲ ਨਾਲ ਇੱਕ ਸਿਲੰਡਰ ਨੂੰ ਵੀ ਚੋਰ ਆਪਣੇ ਨਾਲ ਲੈ ਗਿਆ ਤੇ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ। ਫਿਲਹਾਲ ਮੌਕੇ ਦੇ ਉੱਤੇ ਹੁਣ ਪੁਲਿਸ ਪਹੁੰਚੀ ਹੈ, ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਸੀਸੀਟੀਵੀ ਫੁਟੇਜ ਨੂੰ ਵੀ ਖੰਗਾਲਿਆ ਜਾ ਰਿਹਾ ਕਿ ਆਖਰ ਇਹ ਚੋਰ ਹੈ ਕੌਣ। ਹਾਂਜੀ, ਨੋਰਮਾ ਰੋਡ ਫਲੋਰ ਗੋਪਾਲ ਕਲੋਨੀ, ਅੱਜ ਸਵੇਰੇ ਜਦੋਂ ਸਾਡੇ ਪਾਠੀ ਸਾਹਿਬਾਨ ਆਏ ਆ, ਉਹਨਾਂ ਨੇ ਦੇਖਿਆ ਕਿ ਪਿੱਛੇ ਬਲੀ ਕੰਧ ਪਾੜ ਕੇ ਤੇ ਇੱਕ ਚੋਰ ਅੰਦਰ ਐਂਟਰ ਹੋਇਆ। ਸੀਸੀਟੀਵੀ ਕੈਮਰੇ ਦੇ ਹਿਸਾਬ ਨਾਲ ਤੇ ਅੰਦਰੋਂ ਸਾਡੀ ਗੋਲਕ ਦੇ ਜੋ ਵੀ ਮਾਇਆ ਸੀ ਉਹ ਲੈ ਕੇ ਗਏ ਆ, ਇੱਕ ਸਿਲੰਡਰ ਲੈ ਕੇ ਗਏ ਆ। ਇਸ ਤੋਂ ਇਲਾਵਾ ਸਾਡੇ ਗੁਟਕਾ ਸਾਹਿਬ ਸੀਗੇ ਉਹ ਖਿਲਾਰ ਕੇ ਗਏ ਆ ਅਤੇ ਮਹਾਰਾਜ ਜੀ ਦੇ ਸਰੂਪ ਸੀਗੇ, ਉਹਨਾਂ ਨੂੰ ਉਹਨਾਂ ਨੇ ਮਤਲਬ ਖਿਲਾਰਿਆ ਹੈਗਾ, ਤੋੜ ਭੰਨ ਕੀਤੀ ਹੈਗੀ ਉਹਨਾਂ ਦੀ। ਬਸ ਇੰਨਾ ਕਿ ਅਜੇ ਤੱਕ ਪ੍ਰਸ਼ਾਸਨ ਨੂੰ ਜਦੋਂ ਫੋਨ ਕੀਤਾ ਪ੍ਰਸ਼ਾਸਨ ਉਸੇ ਵਕਤ 10-15-20 ਮਿੰਟ 'ਚ ਆ ਗਿਆ ਸੀ। ਸੀਸੀਟੀਵੀ ਕੈਮਰਾ ਲੱਗਾ? ਜੀ ਹਾਂ, ਕੈਮਰੇ ਦੇ ਵਿੱਚ ਕੋਈ ਆਇਆ ਬੰਦਾ? ਹਾਂਜੀ, ਇੱਕ ਵਿਅਕਤੀ ਆਇਆ ਜਿਹਦਾ ਮੂੰਹ ਬੰਨਿਆ ਹੋਇਆ ਸੀ।
ਤੇ ਕੀ ਨੀਤੀ ਸੀ ਉਹਨਾਂ ਦੀ? ਉਹਨਾਂ ਦੀ ਨੀਤੀ ਚੋਰੀ ਦੀ ਤਾਂ ਸੀ, ਉਹਦੇ ਨਾਲ ਜਿਹੜਾ ਉਹਨਾਂ ਨੇ ਬੇਅਦਬੀ ਕੀਤੀ ਆ ਉਹ ਬਹੁਤ ਮਾੜਾ ਕੰਮ ਕੀਤਾ। ਗੁਟਕਾ ਸਾਹਿਬ ਖਿਲਾਰੇ ਗਏ? ਹਾਂਜੀ ਹਾਂਜੀ।